ਇੱਕ ਨਾਕੇ ਦੌਰਾਨ ਇਹ ਗੈਂਗਸਟਰ ਜਦੋਂ ਆਏ ਅਤੇ ਇਹਨਾਂ ਨੂੰ ਰੋਕਿਆ ਗਿਆ ਤਾਂ ਇਹਨਾਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇੱਕ ਪਾਰਟੀ ਲੈਡ ਬਾਈ DSP ਸਰਦਾਰ ਬਲਵੀਰ ਸਿੰਘ ਫਰੋਮ ਫਤਿਹਗੜ੍ਹ ਛੋੜੀਆਂ, ਇਹਨਾਂ ਨੇ ਇਹਨਾਂ ਨੂੰ ਚੇਜ਼ ਕੀਤਾ। ਫਿਰ ਇਹ ਗੈਂਗਸਟਰ ਜਿਹੜੇ ਸੀਗੇ ਅੱਗੇ ਮੋਟਰਸਾਈਕਲ ਇਹਨਾਂ ਨੇ ਖੋਲਿਆ, 10 ਕਿਲੋਮੀਟਰ ਲੰਬੀ ਚੇਜ਼ ਤੋਂ ਬਾਅਦ ਇਹਨਾਂ ਨੂੰ ਕਾਰਨਰ ਕਰ ਲਿਆ ਔਰ ਫਿਰ ਇਹ ਐਨਕਾਊਂਟਰ ਦੇ ਦੌਰਾਨ ਇਹਨਾਂ ਨੇ ਸਰੈਂਡਰ ਕਰ ਦਿੱਤਾ। ਇਹਨਾਂ ਕੋਲ 5 ਵੈਪਨ ਅਸੀਂ ਰਿਕਵਰ ਕੀਤੇ ਆ, 5 ਪਿਸਟਲ ਨੇ, 1 12 ਬੋਰ ਦੀ ਗਨ ਹੈ, ਅਲੋਂਗ ਵਿਦ ਲੋਟ ਆਫ ਐਮੂਨੀਸ਼ਨ ਆਲਸੋ। ਫਸਟ ਟਾਈਮ ਅਸੀਂ ਵੀ ਹੈਵ ਰਿਕਵਰਡ ਏ ਬੁਲਟ ਪਰੂਫ ਜੈਕਟ ਆਲਸੋ ਫਰੋਮ ਦੀਜ਼ ਗੈਂਗਸਟਰਸ। ਇਹ ਆਹ ਜੈਕਟ ਪਈ ਆ ਅਤੇ ਨਾਲ 25,000 ਰੁਪਇਆ ਕੈਸ਼ ਹੈ। ਦੋਨੇ ਬੰਦੇ, ਇੱਕ ਦਾ ਨਾਂ ਹੈਗਾ ਸ਼ੁਭਮ, ਹੀ ਬਿਲੋਂਗਸ ਟੂ ਦਾ ਸਿਟੀ ਅੰਮ੍ਰਿਤਸਰ, ਹੀ ਇਜ਼ ਇਨਵੋਲਵਡ ਇਨ 21 ਕੇਸਿਸ ਆਫ ਅਟੈਂਪਟ ਟੂ ਮਰਡਰ, ਮਰਡਰ, ਬੈਂਕ ਡਕੈਤੀ ਐਂਡ ਆਲ ਦੈਟ। ਸੈਕਿੰਡ ਇਜ਼ ਮਨਪ੍ਰੀਤ ਸਿੰਘ ਮੰਨਾ, ਹੀ ਬਿਲੋਂਗਸ ਟੂ ਤਰਨ ਤਾਰਨ ਏਰੀਆ। ਅਤੇ ਦੋਨੇ ਬੜੇ ਇਨਫੇਮਸ ਗੈਂਗਸਟਰ ਸੀਗੇ। ਇਹ ਆਪਣੇ SSP ਬਟਾਲਾ ਸ਼੍ਰੀ ਉਪਿੰਦਰਜੀਤ ਸਿੰਘ ਘੁੰਮਣ ਇਹਨਾਂ ਦੀ ਟੀਮ ਨੇ ਅਤੇ DSP ਸਰਦਾਰ ਬਲਬੀਰ ਸਿੰਘ ਨੇ ਐਫਰਟ ਕਰਕੇ ਇਹਨਾਂ ਸਾਰਿਆਂ ਨੂੰ ਸਾਰੇ ਇਲਾਕਿਆਂ ਨੂੰ। ਦੇਖੋ 21 ਕੇਸ ਨੇ ਉਹਦੇ ਮਰਡਰ ਦੇ ਅਤੇ ਬੈਂਕਾਂ ਦੇ ਐਂਡ ਆਲ ਦੈਟ। ਹੀ ਇਜ਼ ਟੋਪ ਮੋਸਟ ਵਾਂਟਡ ਗੈਂਗਸਟਰ ਆਫ ਦਾ ਸਟੇਟ। ਅਤੇ ਸ਼ੁਭਮ ਦਾ ਤਾਂ ਤੁਸੀਂ ਵੈਸੇ ਨਾਮ ਸੁਣਿਆ ਹੋਣਾ ਬਹੁਤ। ਜੀ, ਇੱਕ ਵਿਪਨ ਸ਼ਰਮਾ ਦੀ ਅਤੇ ਦੂਸਰਾ ਉੱਥੇ ਕੋਈ MC ਦੀ ਡੈਥ ਕਰ ਦਿੱਤੀ ਸੀ, ਇਹਨਾਂ ਨੇ ਗੋਲੀ ਮਾਰ ਕੇ ਪਹਿਲ ਮਨਪੂਰਵਾ ਸਮਝੇ। ਨਹੀਂ, ਇਨਫੋਰਮੇਸ਼ਨ ਇੱਦਾਂ ਹੁੰਦੀ ਸੀਕਰਟ ਹੁੰਦੀ ਨਾ ਸਾਡੇ ਕੋਲ। ਨਹੀਂ, ਦੇ ਹੈਡ ਏ ਵਹੀਕਲ ਐਟ ਦੇ ਡਿਸਪੋਜ਼ਲ, ਗੱਡੀ ਛੱਡ ਕੇ ਦੌੜੇ ਨੇ ਨਾ। ਹਾਂਜੀ, ਵਿਪਨ ਸ਼ਰਮਾ ਦੇ ਮਰਡਰ ਦੇ ਵਿੱਚ ਇਨਵੋਲਵ ਸੀਗੇ। ਅਤੇ ਇੱਕ ਉਹ ਜਿਹੜਾ ਕੋਈ ਪਹਿਲਵਾਨ ਸੀ, ਕੋਈ ਗੁਰਦੀਪ ਸਿੰਘ ਪਹਿਲਵਾਨ, ਸੰਭੜੀ ਲੱਗਦਾ। ਦਿਸ ਇਜ਼ ਵਾਟ ਦੇ ਸੇ, ਦ ਪ੍ਰੀਲਿਮਿਨਰੀ ਇੰਟਰੋਗੇਸ਼ਨ ਸੇਜ਼ ਦੈਟ। ਬਾਕੀ ਡਿਟੇਲਡ ਇੰਟਰੋਗੇਸ਼ਨ 'ਚ ਹੋਰ ਫੈਕਟ ਬਾਹਰ ਆ ਜਾਣਗੇ। ਕੁਆਇਟ ਐਕਸਪੈਂਸਿਵ ਨਹੀਂ, ਪਹਿਲੀ ਵਾਰੀ ਅਸੀਂ ਤਾਂ ਪਾਈਥੋਨ ਦੀ ਪਹਿਲੀ ਵਾਰੀ ਫੜੀ ਹੈਗੀ ਆ, ਬਰੇਟਾ ਦੀ ਵੀ ਪਹਿਲੀ ਵਾਰੀ ਫੜੀ ਆ, ਅਤੇ ਵੈਰੀ ਵੈਰੀ ਗੁੱਡ ਵੈਪਨਸ ਫਾਰ ਦੈਟ ਮੈਟਰ। ਬਹੁਤ ਅੱਛਾ ਫਾਇਰਿੰਗ ਕਪੈਸਿਟੀ ਇਹਨਾਂ ਦੀ। ਅਤੇ ਮੁਕਾਬਲਾ ਹੀ ਹੋਇਆ ਤਾਂ ਹੀ ਤਾਂ ਫੜੇ ਗਏ ਨਾ, ਅਦਰਵਾਈਜ਼ ਤਾਂ ਸਿਲੰਡਰ ਥੋੜ੍ਹੇ ਚੱਲਿਆ। ਇਹਨਾਂ ਐਕਚੁਅਲੀ ਦੈਟ ਪਾਰਟੀ ਦੇ ਜਿਹੜੀ ਪੁਲਿਸ ਪਾਰਟੀ ਹੈ ਸਰਦਾਰ ਬਲਬੀਰ ਸਿੰਘ ਵਾਲੀ ਨੇ, ਇਹਨਾਂ ਨੂੰ 10 ਕਿਲੋਮੀਟਰ ਚੇਜ਼ ਕੀਤਾ ਅਤੇ 10 ਕਿਲੋਮੀਟਰ ਮੁਕਾਬਲਾ ਹੀ ਹੁੰਦਾ ਗਿਆ ਅਤੇ ਅਲਟੀਮੇਟਲੀ ਦੇ ਵਾਰ ਕਾਰਨਰ ਅੱਗੇ ਨਹਿਰ ਆ ਗਈ ਅਤੇ ਲੰਘ ਨਹੀਂ ਸੀ ਸਕਦੇ, ਉਹਨਾਂ ਦਾ ਮੋਟਰਸਾਈਕਲ ਖਰਾਬ ਹੋ ਗਿਆ, ਫਿਰ ਉਹਨਾਂ ਨੂੰ ਕਾਰਨਰ ਕਰ।